ਰਾਤੋਂ ਰਾਤ ਕਰੋੜਪਤੀ ਬਣਿਆ ਪਰਿਵਾਰ। ਸਮਾਨ ਲੈਣ ਦੇ ਲਈ ਮਹਿਲਾ ਗਈ ਸੀ ਬਾਜ਼ਾਰ, ਰਸਤੇ ਦੇ ਵਿੱਚ ਮਿਲ ਗਿਆ ਲਾਟਰੀ ਵਾਲਾ। ਖਰੀਦ ਲਈਆਂ ਲਾਟਰੀ ਦੀਆਂ 3 ਟਿਕਟਾਂ, ਇੱਕ ਵਿੱਚੋਂ ਨਿਕਲੀ 1.5 ਕਰੋੜ ਦੀ ਲਾਟਰੀ। ਖੁਸ਼ੀ ਚ ਪਰਿਵਾਰ ਹੋਇਆ ਬਾਗੋ ਬਾਗ। ਤਾਂ ਦੱਸਦੇ ਕਿ ਰਾਤੋਂ ਰਾਤ ਇੱਕ ਪਰਿਵਾਰ ਕਰੋੜਪਤੀ ਬਣ ਗਿਆ ਜਦੋਂ ਉਹਨਾਂ ਨੂੰ ਲਾਟਰੀ ਦੇ ਵਿੱਚੋਂ 1.5 ਕਰੋੜ ਦੀ ਰਾਸ਼ੀ ਨਿਕਲਦੀ ਹੈ, ਜਿਸ ਤੋਂ ਬਾਅਦ ਪਰਿਵਾਰ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਹਿੰਦਾ। ਤਾਂ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲਾ ਪਰਿਵਾਰ ਹੈ। ਤਾਂ ਮਹਿਲਾ ਨੇ ਦੱਸਿਆ ਕਿ ਉਹ ਸਮਾਨ ਲੈਣ ਦੇ ਲਈ ਬਾਜ਼ਾਰ ਦੇ ਵਿੱਚ ਜਾਂਦੀ ਹੈ ਅਤੇ ਰਸਤੇ ਦੇ ਵਿੱਚ ਉਹਨਾਂ ਨੂੰ ਇੱਕ ਲਾਟਰੀ ਵਾਲਾ ਮਿਲਦਾ ਅਤੇ ਉਹ ਉਹਨਾਂ ਨੂੰ ਲਾਟਰੀ ਖਰੀਦਣ ਦੇ ਲਈ ਕਹਿੰਦਾ ਹੈ। ਤਾਂ ਉਸਦੇ ਕਹਿਣ 'ਤੇ ਉਹ ਲਾਟਰੀ ਦੀਆਂ 3 ਟਿਕਟਾਂ ਖਰੀਦ ਲੈਂਦੇ ਹੈ, ਜਿਸ ਦੇ ਵਿੱਚੋਂ ਹੁਣ ਇੱਕ ਦੇ ਵਿੱਚੋਂ 1.5 ਕਰੋੜ ਦਾ ਇਨਾਮ ਨਿਕਲਿਆ, ਜਿਸ ਤੋਂ ਬਾਅਦ ਇਹ ਪਰਿਵਾਰ ਰਾਤੋਂ ਰਾਤ ਕਰੋੜਪਤੀ ਬਣ ਗਿਆ ਅਤੇ ਹੁਣ ਪਰਿਵਾਰ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਤਾਂ ਦੱਸਦੇ ਕਿ ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲਾ ਇਹ ਪਰਿਵਾਰ ਹੈ ਅਤੇ ਬਟਾਲਾ ਦਾ ਇਹ ਲਾਟਰੀ ਵਾਲਾ ਦੱਸਿਆ ਜਾ ਰਿਹਾ, ਜਿਸਨੇ ਕਿ ਅੰਮ੍ਰਿਤਸਰ ਦੇ ਵਿੱਚ ਸਟਾਲ ਲਗਾਈ ਹੋਈ ਸੀ ਅਤੇ ਮਹਿਲਾ ਇਸਦੇ ਕੋਲੋਂ 3 ਲਾਟਰੀ ਦੀਆਂ ਟਿਕਟਾਂ ਖਰੀਦ ਕੇ ਲੈ ਕੇ ਜਾਂਦੀ ਹੈ, ਜਿਸ ਦੇ ਵਿੱਚੋਂ ਇੱਕ ਦੇ ਵਿੱਚੋਂ 1.5 ਕਰੋੜ ਦੀ ਲਾਟਰੀ ਨਿਕਲਦੀ ਹੈ, ਜਿਸ ਨਾਲ ਇਹ ਪਰਿਵਾਰ ਰਾਤੋਂ ਰਾਤ ਕਰੋੜਪਤੀ ਬਣ ਜਾਂਦਾ ਹੈ। ਜੀ, ਮੇਰਾ ਨਾਮ ਕਵਰਚਨ ਕੌਰ ਹੈ ਅਤੇ ਅੱਜ ਕਰੋੜਪਤੀ ਬਣ ਕੇ ਬਹੁਤ ਬਹੁਤ ਖੁਸ਼ ਹਾਂ ਅਸੀਂ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਮਿਹਰ ਦੇ ਨਾਲ ਸਾਨੂੰ ਇਹ ਅੱਜ ਇਨਾਮ ਮਿਲਿਆ ਹੈ। ਤੁਹਾਨੂੰ ਕਰੋੜਪਤੀ ਬਣਾਇਆ ਰਾਜੂ ਜੀ ਨੇ? ਜੀ ਹਾਂਜੀ। ਤੇ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ, ਕਿਵੇਂ ਟਿਕਟ ਲਈ ਤੇ ਕਿਵੇਂ ਦਾ ਮਾਹੌਲ ਸੀ ਅੱਜ ਘਰ ਦੇ ਵਿੱਚ? ਘਰ ਦੇ ਵਿੱਚ ਤਾਂ ਬਹੁਤ ਵਧੀਆ ਮਾਹੌਲ ਸੀਗਾ। ਇਹ ਮੈਨੂੰ ਮਾਰਕੀਟ ਦੇ ਵਿੱਚ ਮਿਲੇ ਸੀ ਭਾਅ ਜੀ, ਤੇ ਇਹਨਾਂ ਨੇ ਆਫਰ ਕੀਤੀ ਕਿ ਤੁਸੀਂ ਟਿਕਟ ਲੈ ਲਓ, ਤੇ ਇਹਨਾਂ ਤੋਂ ਮੈਂ 2-3 ਸੈੱਟ ਲਏ ਸੀਗੇ, ਜਿਹਦੇ ਵਿੱਚੋਂ ਇੱਕ ਸਾਡਾ ਇਨਾਮ ਨਿਕਲਿਆ। ਸੋ ਅੱਜ ਧੰਨਵਾਦ ਕਰਨਾ ਚਾਹੋਗੇ? ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੇ, ਇਹਨਾਂ ਦੀ ਬਦੌਲਤ ਅੱਜ ਅਸੀਂ ਕਰੋੜਪਤੀ ਬਣ ਗਏ। ਹਾਂਜੀ, ਮੈਂ ਰਾਜੂ ਕਰੋੜਪਤੀ ਜੀ, ਮੈਨੂੰ ਕਹਿੰਦੇ ਆ ਲੋਕ ਅਤੇ ਮੈਂ ਇਸ ਨਾਮ 'ਤੇ ਜਾਣਦਾ ਵਾਂ, ਜਾਣਦੇ ਨੇ ਮੈਨੂੰ ਸਾਰੇ, ਅਤੇ ਮੈਂ ਕਾਫੀ ਸਾਲਾਂ ਤੋਂ ਟਿਕਟਾਂ ਦਾ ਕੰਮ ਕਰਦਾ ਆ ਰਿਹਾ ਵਾਂ ਅਤੇ ਕਾਫੀ ਮੈਂ ਕਰੋੜਪਤੀ ਬਣਾਏ ਨੇ, ਲੱਖਪਤੀ ਵੀ ਬਣਾਏ ਨੇ, ਅਤੇ ਲੋਕ ਕਹਿੰਦੇ ਨੇ ਕਿ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਸਾਰੇ ਕਹਿੰਦੇ ਜੀ ਇੱਥੋਂ ਦੀ ਲੋ ਟਿਕਟਾਂ ਨਹੀਂ ਨਿਕਲਦੀਆਂ, ਸਭ ਐਵੇਂ ਹੀ ਹੁੰਦੀਆਂ ਜੀ ਇਸ ਤਰ੍ਹਾਂ ਉਸ ਤਰ੍ਹਾਂ ਕਿ ਲੁਧਿਆਣੇ ਤੋਂ ਹੀ ਨਿਕਲਦੀਆਂ, ਪਰ ਲੁਧਿਆਣੇ ਤੋਂ ਤਾਂ ਉਹ ਮੇਨ ਹੈਗੇ ਆ ਜੀ, ਟਿਕਟਾਂ ਤਾਂ ਉੱਥੋਂ ਹੀ ਆਉਂਦੀਆਂ, ਠੀਕ ਹੈ ਜੀ, ਅਤੇ ਬਾਕੀ ਸੇਲ ਪਰਚੇਜ਼ ਆ, ਜਿਵੇਂ ਮੈਂ ਵੀ ਸੈਲਰ ਹਾਂ, ਅਤੇ ਇੱਥੇ ਹੀ ਮੇਰੇ ਕੋਲੋਂ ਮੈਂ ਅੰਮ੍ਰਿਤਸਰ ਆਇਆ ਸੀ, ਟਿਕਟਾਂ ਵੇਚਦਾ ਪਿਆ ਸੀ, ਅਤੇ ਇਸ ਤਰ੍ਹਾਂ ਹੀ ਮੇਰਾ ਮਤਲਬ ਕਿ ਮੇਰੇ ਹੱਥੋਂ ਮਤਲਬ ਕਿ 1.5 ਕਰੋੜ ਦਾ ਨਾਮ ਨਿਕਲਿਆ। ਜਿਵੇਂ ਕਿ ਤੁਸੀਂ ਜਾਣਦੇ ਹੋ ਅੰਮ੍ਰਿਤਸਰ ਮੈਂ ਇੱਕ ਕਰੋੜਪਤੀ ਬਣਾਇਆ ਜੀ, ਅਤੇ ਉਹ ਆਪਣਾ 1.5 ਕਰੋੜ ਦੀ ਜਿਹੜੀ ਟਿਕਟ ਹੈ, ਜਿਹੜੀ 5-3 ਨੂੰ ਡਰਾ ਸੀ, ਅਤੇ ਰਾਤ ਨੂੰ ਹੀ ਮੈਨੂੰ 9 ਵਜੇ ਪਤਾ ਲੱਗ ਗਿਆ ਕਿ 8:15 ਪਤਾ ਲੱਗ ਗਿਆ ਕਿ ਮੈਨੂੰ 1.5 ਕਰੋੜ ਰੁਪਈਆ ਮੇਰੇ ਕੋਲੋਂ ਨਿਕਲਿਆ। ਮੈਨੂੰ ਉਹਨਾਂ ਦਾ ਲੁਧਿਆਣੇ ਫੋਨ ਆਇਆ, ਕਿਉਂਕਿ ਮੈਨੂੰ ਐਕਚੁਲੀ ਇਹਨਾਂ ਦੇ ਆਪਣਾ ਕੀ ਕਹਿੰਦੇ ਨੇ ਸੰਜੇ ਲਾਟਰੀ ਵੱਲੋਂ ਬਟਾਲੇ ਤੋਂ ਆਇਆ ਫੋਨ ਮੈਨੂੰ, ਅਤੇ ਇਹ ਜਿਹੜੇ ਮੇਰੇ ਜੀ ਸਟੋਕਿਜ਼ ਨੇ ਮੇਨ, ਇਹਨਾਂ ਕੋਲੋਂ ਮੈਂ ਟਿਕਟ ਲਈ ਸੀ, ਅਤੇ ਉਸ ਤੋਂ ਬਾਅਦ ਜੀ ਮੈਨੂੰ ਬੜੀ ਖੁਸ਼ੀ ਹੋਈ, ਮੈਂ ਟਿਕਟ ਲੱਭੀ ਜਲਦੀ ਜਲਦੀ ਇਸ ਤਰ੍ਹਾਂ ਕਿ ਕਿਹਨੂੰ ਟਿਕਟ ਸੇਲ ਕੀਤੀ ਹੈ, ਅਤੇ ਫਿਰ ਮੇਰਾ ਮਨ ਬਹੁਤ ਹੀ ਜ਼ਿਆਦਾ ਖੁਸ਼ ਹੋਇਆ। ਅਤੇ ਮੈਂ ਇਸ ਕਰਕੇ ਕਿ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵਾਂ ਕਿ ਲਾਟਰੀ ਕਿੱਥੇ ਵੀ ਨਿਕਲ ਸਕਦੀ ਹੈ, ਇਟ ਇਜ਼ ਅ ਜੈਕ ਲਾਈਫ 'ਚ ਐਪੀਸੋਡ, ਕਿਸੇ ਦਾ ਵੀ ਪਿਆਰਾ ਬਣ ਸਕਦਾ। ਹਾਂਜੀ, ਮੈਂ 2-3 ਕਰੋੜਪਤੀ ਬਣਾ ਬੈਠਾ ਜੀ ਮੈਂ ਆਪਣੇ ਹੱਥੀ, ਬਾਕੀ ਹੋਰ ਵੀ ਨੇ ਏਜੰਟ ਨੇ, ਉਹ ਵੀ ਸਾਰੇ ਬਣਾ ਸਕੇ ਨੇ, ਜਿਵੇਂ ਮੇਰੇ ਨਾਲ ਸੰਜੇ ਭਾਅ ਜੀ ਲਾਟਰੀ ਵਾਲੇ ਖੜ੍ਹੇ ਨੇ, ਇਹਨਾਂ ਨੇ ਵੀ ਬੜੇ, ਇਹਨਾਂ ਦੇ ਹੱਥੋਂ ਵੀ ਬੜੇ ਨਿਕਲੇ ਨੇ, ਇਹਨਾਂ ਕੋਲ ਹੋਰ ਵੀ ਏਜੰਟ ਕੰਮ ਕਰਦੇ ਨੇ, ਅਤੇ ਮੈਂ ਵੀ ਸੈਲਰ ਹਾਂ। ਅਤੇ ਜਦੋਂ ਤੁਸੀਂ ਕਰੋੜਪਤੀ ਕਿਸੇ ਨੂੰ ਬਣਾ ਕੇ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਸਰਪ੍ਰਾਈਜ਼ ਦਿੰਦੇ ਹੋ ਤਾਂ ਕਿਵੇਂ ਦੀ ਮੂਵਮੈਂਟ ਹੁੰਦੀ ਹੈ, ਕਿਵੇਂ ਦਾ ਉਸ ਟਾਈਮ? ਆਈ ਕਾਂਟ ਇਮੈਜਿਨ ਜੀ, ਮੈਂ ਕੀ ਕਹਿੰਦੇ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਕਿੰਨੀ ਖੁਸ਼ੀ ਹੁੰਦੀ ਹੈ, ਇੱਕ ਆਪਣੇ ਆਪ ਨੂੰ ਵੀ ਹੁੰਦੀ ਹੈ, ਅਤੇ ਇੱਕ ਉੱਧਰੋਂ ਵੀ
ਅਲੱਗ ਹੀ ਇੱਕ ਚਿਹਰਾ ਦੇਖਣ ਨੂੰ ਮਿਲਦਾ ਜੀ ਕਿ ਹਾਂ ਜੀ ਲਾਟਰੀ ਵਾਕਈ ਨਿਕਲੀ ਹੈ, ਸੱਚੀ ਨਿਕਲੀ ਹੈ, ਕਿ ਯਕੀਨ ਹੀ ਨਹੀਂ ਹੁੰਦਾ। ਕਈ ਲੋਕ ਸੋਚਦੇ ਨੇ ਵੀ ਇਹ ਜੂਆ ਜਾਂ ਮਤਲਬ ਇਹ ਪਾਣੀ ਨਹੀਂ ਚਾਹੀਦੀ, ਕਿਸੇ ਦੇ ਨਹੀਂ ਨਿਕਲਦੇ, ਵੈਸੇ ਹੀ ਪੈਸੇ ਠੱਗਦੇ ਨੇ। ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਉਹਨਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਐਸੀ ਕੋਈ ਗੱਲ ਨਹੀਂ ਹੈ, ਇਹ ਮਨ ਦਾ ਆਪਣਾ ਗੱਲਾਂ ਬਾਤਾਂ ਹੈ ਜਿਵੇਂ ਵੀ ਹੈ। ਕਹਿੰਦੇ ਨੇ ਜਿੰਨੇ ਚਿਹਰੇ ਉਨੀਆਂ ਗੱਲਾਂ, ਅਤੇ ਆਪਾਂ ਹੋਰ ਵੀ ਜਿਸ ਤਰ੍ਹਾਂ ਵੀ ਕਿਸੇ ਨੂੰ ਕਹੀਏ ਕਿ ਆਪਣਾ ਜ਼ਿੰਦਗੀ 'ਚ ਦੇਹ ਦਿੱਤੀ ਹੈ ਰੱਬ ਨੇ, ਅਤੇ ਇਹਨੂੰ ਅਸੀਂ ਕਿਸਮਤ ਦੇ ਰਾਹ ਦੇ ਨਾਲ ਵੀ ਲੈ ਕੇ ਜਾਣਾ ਚਾਹੀਦਾ ਸਾਨੂੰ। ਸੋ ਅੱਜ ਤੁਸੀਂ ਅੰਮ੍ਰਿਤਸਰ ਇਹਨਾਂ ਦੇ ਘਰ ਆਏ ਹੋ, ਅਤੇ ਕਿਵੇਂ ਦਾ ਮਾਹੌਲ ਬਣਿਆ ਜੀ? ਹਾਂਜੀ, ਬੜਾ ਹੀ ਵਧੀਆ ਲੱਗਣ ਦਿਆ ਜੀ ਕਿ ਇੱਕ ਇਹਨਾਂ ਨੂੰ ਇੱਕ ਸਰਪ੍ਰਾਈਜ਼ ਵੀ ਦਿੱਤਾ, ਅਤੇ ਇੱਕ ਚਲੋ ਪਰਮਾਤਮਾ ਇਹਨਾਂ ਨੂੰ ਵੀ ਦਿੱਤਾ, ਕੁਛ ਦੇਣ ਆਏ ਹਾਂ ਅਤੇ ਕੁਛ ਲੈਣ ਵੀ ਆਏ ਹਾਂ। ਮੇਰੇ ਕੋਲ ਇੱਕ ਨਾਮ ਨਿਕਲਿਆ 1.5 ਕਰੋੜ ਰੁਪਏ ਦਾ, ਅਤੇ ਉਹ ਮੇਰਾ 1.5 ਕਰੋੜ ਰੁਪਏ ਦਾ ਨਾਮ ਨਿਕਲਿਆ ਸੀ, ਅਤੇ ਮੈਨੂੰ ਕੰਪਨੀ ਤੋਂ ਫੋਨ ਆਇਆ, ਅਤੇ ਮੈਂ ਫਿਰ ਦੇਖਿਆ, ਮੈਂ ਕਿਹਾ ਮੁੰਡਾ ਰਾਜੂ ਉਹਨਾਂ ਲੈ ਗਿਆ ਅੰਮ੍ਰਿਤਸਰ, ਰਾਜੂ ਕਰੋੜਪਤੀ ਇਹ ਲੈ ਗਿਆ ਮੇਰੇ ਕੋਲ ਟਿਕਟ। ਮੈਂ ਇਹਨੂੰ ਫੋਨ ਕੀਤਾ, ਮੈਂ ਕਿਹਾ ਯਾਰ ਤੇਰੇ ਕੋਲ ਇੱਕ ਨਾਮ ਨਿਕਲਿਆ। ਇਹਨੇ ਫਿਰ ਮੈਂ ਚੈੱਕ ਕਰਕੇ ਦੱਸ ਕਿੱਥੇ ਆ। ਇਹਨਾਂ ਨੇ ਫਿਰ ਮੈਨੂੰ ਚੈੱਕ ਕੀਤਾ, ਕਹਿੰਦਾ ਇਸ ਤਰ੍ਹਾਂ ਉਹਨਾਂ ਕੋਲ ਹੈਗਾ, ਮੈਡਮ ਹੁਣੀ ਆਏ ਸੀ ਬਾਜ਼ਾਰ, ਅਤੇ ਉਹ ਆਏ ਹਨ, ਅਤੇ ਉਹ ਕਹਿੰਦੇ ਚੱਲ ਇੱਕ ਟਿਕਟ ਮੈਨੂੰ ਵੀ ਦੇ ਦੇ। ਇਹਨਾਂ ਨੇ ਫਿਰ ਉਹਨਾਂ ਨੂੰ ਟਿਕਟ ਦਿੱਤੀ, ਅਤੇ ਫਿਰ ਆਏ ਹਾਂ, ਇਹਨਾਂ ਨੂੰ ਵਧਾਈ ਦੇਣ ਆਏ ਹਾਂ, ਇਹਨਾਂ ਨੂੰ ਘਰ ਸਰਪ੍ਰਾਈਜ਼ ਦਿੱਤਾ ਇਹਨਾਂ ਨੂੰ, ਇੱਧਰ ਆਏ ਹਾਂ ਨਾਲ ਡੱਬਾ ਲਿਆ ਕੇ ਮਿਠਾਈ ਮਿਠੂਈ ਮੈਂ ਮੂੰਹ ਮਿੱਠਾ ਕਰਾਈ ਇਹਨਾਂ ਦਾ। ਹਾਂਜੀ, ਪਰਮਾਤਮਾ ਬਾਕੀ ਤਾਂ ਬਹੁਤ ਵਧੀਆ ਕੁਛ।